ਕਿਉਂਕਿ ਅੱਜ ਕੱਲ ਪੰਜਾਬੀ ਲੋਕ ਜਿਹੜੇ ਨਾ ਆਪਣੇ ਵੱਡਿਆਂ ਦੀ ਜ਼ਬਾਨ ਨੂੰ ਆਂਦੇ ਨੇ ਜਹਿਲਾਂ ਦੀ ਜ਼ਬਾਨ। ਵਾਹ VIPO 2018 ਮਾਡਲ ਹੈ, ਆਪਣੇ ਵੱਡਿਆਂ ਦੀ ਜ਼ਬਾਨ ਨੂੰ ਵੇਖੋ ਆਂਦੇ ਨੇ। ਜਦੋਂ ਧੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ, ਇਸਤਾਂ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ। ਬੋਲੋ, ਜਦੋਂ ਧੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ, ਇਸਤਾਂ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ। ਹੁਣ ਵੇਖ ਲਓ, ਆ ਜਿਹੜੇ ਆ ਗਏ ਨੇ MA ਪੜ੍ਹੇ, ਪਹਿਲੇ ਪੁਰਾਣੇ ਬਾਬੇ ਧੋਤੀਆਂ ਪੱਗਾਂ ਵਾਲੇ ਜਵਾਨ ਧੀਆਂ ਜਿੱਧਰ ਮਰਜ਼ੀ ਖੇਡਦੀਆਂ ਸੌ ਜਾਣੀਆਂ, ਕਿਸੇ ਨੂੰ ਕੋਈ ਖਬਰ ਹੀ ਨਹੀਂ ਸੀ ਹੁੰਦੀ, ਕੁੜੀਆਂ ਮੁੰਡੇ ਖੇਡਦੇ ਫਿਰਨਾ। ਹੁਣ ਕੋਈ ਧਰਨੇ 'ਚ ਸੌਂ ਕੇ ਵਿਖਾਇਆ, ਕੋਈ ਗਲੀ 'ਚ ਸੌਵੇ ਸਾਂ, ਉਹ ਬੂਹੇ ਨਹੀਂ ਸੀ ਲੱਗੇ ਹੁੰਦੇ, ਤੇ ਡੰਗਰ ਵੀ ਮਹਿਫੂਜ਼ ਤੇ ਬੰਦੇ ਵੀ ਮਹਿਫੂਜ਼ ਤੇ ਇਸਤਾਂ ਵੀ ਮਹਿਫੂਜ਼। ਉਦੋਂ ਪਿੰਡ 'ਚ ਇੱਕ ਦੋ ਬੰਦਾ ਪੜਿਆ ਹੁੰਦਾ ਸੀ, ਧਿਆਨ ਕਰੇ ਪੁੱਤ, ਇੱਕ ਦੋ ਬੰਦਾ ਪਿੰਡ 'ਚ ਪੜਿਆ ਹੁੰਦਾ ਸੀ, ਤੇ ਹਯਾ ਤੇ ਇਸਤਾਂ ਮੈਂ ਲਿਖ ਕੇ ਦਿਲ ਅਸਰ ਮਦਨੀ ਕਿ ਤੇਰੇ ਜਿਹੜੇ ਵੱਡੇ ਪੱਗਾਂ ਤੇ ਧੋਤੀਆਂ ਵਾਲੇ ਗੁਜ਼ਰੇ ਨੇ, ਉਹ ਤੇਰੇ ਨਾਲੋਂ 500 ਗੁਣਾ ਇਮਾਨ 'ਚ ਵੀ ਉੱਚੇ ਸੀ, ਹਯਾ 'ਚ ਵੀ ਉੱਚੇ ਸੀ। ਆ ਹੁਣ 2018 ਮਾਡਲ ਵੇਖ ਲਓ, ਪੜ੍ਹੇ ਲਿਖੇ ਹਰ ਇੱਕ ਦੇ ਹੱਥ 'ਚ ਮੋਬਾਈਲ, ਉਹ ਵੀ ਆਂਦਾ ਟੱਚ, ਵਾਹ ਬਈ ਵਾਹ, ਠੰਡ ਪਾ ਦਿੱਤੀ ਵੇਖਣਾ, ਆਂਦਾ ਟੱਚ, ਜੇ ਨੱਥੋ ਹੈ ਤੇ ਉਹਦੇ ਕੋਲ ਵੀ ਟੱਚ, ਜੇ ਫੱਤੋ ਹੈ ਤੇ ਉਹਦੇ ਕੋਲ ਵੀ ਟੱਚ, ਜੇ ਕੋਈ ਦਾਣੇ ਭੁੰਨਦੀ ਤੇ ਉਹਦੇ ਕੋਲ ਵੀ ਟੱਚ। ਇਹ ਟੱਚ ਮੋਬਾਈਲ ਏਡੀ ਕਰਾਮਤ ਵਾਲਾ, ਜਿਹਨੂੰ ਅਲਫ ਬੇ ਨਹੀਂ ਆਉਂਦੀ ਉਹ ਵੀ ਫੇਸਬੁੱਕ ਚਲਾਈ ਆਉਂਦਾ ਹੈ। ਅੱਲਾ ਜਾਣਦਾ ਹੈ ਟੱਚ ਮੋਬਾਈਲ ਦੀ ਕਰਾਮਤ, ਐ ਬਸ ਉਂਗਲ ਘੁਮਾਈ ਜਾਓ। ਕਿਉਂ ਜੀ, ਹੁਣ ਤੇ ਕਈ ਲੈਟਰੀਨ ਚੱਲਾ ਜਾਂਦਾ ਮੋਬਾਈਲ ਲੈ ਕੇ ਬੈਠੇ ਹੁੰਦੇ ਨੇ, ਉਧਰੋਂ ਜ਼ੋਰ ਲਾਈ ਆਉਂਦੇ ਨੇ, ਉਧਰੋਂ ਵੀ ਲਾਈ ਆਉਂਦੇ ਨੇ। ਅੱਲਾ ਹਦਾਇਤ ਨਸੀਬ ਫਰਮਾਏ, ਅੱਲਾ ਪਾਕ ਇਮਾਨ ਦੀ ਦੌਲਤ ਨਸੀਬ ਫਰਮਾਏ। ਲੈਟਰੀਨਾਂ 'ਚ ਮੋਬਾਈਲ ਲੱਗੇ ਲੱਗੇ ਫਿਰਦੇ ਨੇ, ਸਹੀ ਗੱਲ। ਮੈਂ ਇੱਕ ਨਵੀਂ ਮਸਜਿਦ 'ਚ ਨਮਾਜ਼ ਪੜ੍ਹਨ ਗਿਆ, ਤੇ ਮੈਂ ਵੇਖਾਂ ਵੀ ਬਾਹਰ ਹੀ ਨਹੀਂ ਨਿਕਲਦਾ, ਤੇ ਉਹ ਜਨਾਬ ਬੰਦੇ ਨੇ ਬੂਹਾ ਭੰਨਿਆ ਨਾ, ਤੇ ਉਹ ਰੱਬੋ ਦੀ ਟੂਟੀ ਨਾ, ਤੇ ਉਹ ਮੋਬਾਈਲ 'ਤੇ ਲੱਗਾ। ਉਹਨੂੰ ਉਹਨਾਂ ਲਈ ਇੱਕ ਰੱਖੀ ਵੀ ਤੈਨੂੰ ਪਤਾ ਨਹੀਂ ਗਾ ਤੂੰ ਇੱਥੇ ਬਹਿ ਕੇ ਇਹ ਕਰਨ ਦਿਆ ਵਾ ਤੇ ਉੱਧਰ ਨਮਾਜ਼ ਲੇਟ ਹੋ। ਕਹਿੰਦਾ ਬਸ ਮੈਨੂੰ ਐਮਰਜੈਂਸੀ ਮੈਸੇਜ ਆ ਗਿਆ, ਮੈਂ ਕਿਹਾ ਹੁਣ ਮੈਂ ਜਵਾਬ ਹੀ ਲਿਖ ਦੇਵਾਂ, ਐਵੇਂ ਬੈਲ ਨਾ ਆ ਜਾਵੇ। ਵੇਖੋ, ਅੱਲਾ ਹਦਾਇਤ ਨਸੀਬ ਫਰਮਾਏ। ਅਰਜ਼ ਕਰਨਾ ਚਾਹ ਰਿਹਾ ਮੈਂ, ਜ਼ਰਾ ਧਿਆਨ ਮੇਰੇ ਵੱਲ, ਗੱਲ ਬੜੀ ਸਮਝਾ ਕੇ ਤਾਂ ਜੀ ਤੇਰੇ ਸਾਹਮਣੇ ਰੱਖਣਾ ਚਾਹੁੰਦਾ, ਨਾ ਚੁੰਨੀ ਦੀ ਨਾ ਝੱਗੇ ਦੀ। ਅੱਜ ਤੋਂ ਬਾਅਦ ਅੱਜ ਆਪਣੇ ਮਾਪਿਆਂ ਦੀ ਜ਼ਬਾਨ ਨੂੰ ਪੰਜਾਬੀ ਨੂੰ ਬੋਲੋ, ਜੈਲਾਂ ਵਾਲੀ ਜ਼ਬਾਨ 'ਤੇ ਨਹੀਂ ਕਹੋਗੇ। ਹਾਂ, ਆਪਣੇ ਮਾਂ ਪਿਓ ਦੀ ਜ਼ਬਾਨ 'ਤੇ ਫਖਰ ਕਰਿਆ ਕਰੋ, ਮਾਦਰੀ ਜ਼ਬਾਨ, ਇਹ ਤੁਹਾਡੀ ਮਾਂ ਨੇ ਤੁਹਾਡੀ ਜ਼ਬਾਨ 'ਚ ਤੁਹਾਨੂੰ ਸਭ ਕੁਛ ਸਮਝਾਇਆ। ਤੁਸੀਂ ਆਂਦੇ ਜੇ ਮੈਂ ਅਪ ਟੂ ਡੇਟ ਹੋ ਗਏ ਹਾਂ, ਚਾਰ ਲਫ਼ਜ਼ ਇੰਗਲਿਸ਼ ਦੇ ਆ ਗਏ ਨੇ, ਬੱਲੇ ਬੱਲੇ। ਮਾਂ ਨੂੰ ਆਂਦਾ, ਮਾਮਾ ਡੋਂਟ ਟੱਚ ਮੀ ਲਾਈਫ, ਹੈਂ, ਮੇਰੀ ਲਾਈਫ ਮੈਂ ਮਤ ਇੰਟਰਫੇਅਰ ਕਰੇ। ਅੱਲਾ ਜਾਣਦਾ ਮਾਪਿਆਂ ਨੂੰ ਆਂਦੇ, ਓਏ ਹੋਏ ਹੋਏ। ਓਏ, ਜਦੋਂ ਧੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ, ਇਸਤਾਂ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ, ਕਤਲ ਕਿਸੇ ਨੂੰ ਵੀ ਕਿਸੇ ਦਾ ਨਹੀਂ ਮਾਫ ਹੁੰਦਾ ਸੀ, ਤਗੜੇ ਮਾੜੇ ਦੇ ਖੂਨ ਦਾ ਹਿਸਾਬ ਹੁੰਦਾ ਸੀ, ਉਦੋਂ ਲੱਖ ਭਾਵੇਂ ਕਾਫਰਾਂ ਦਾ ਰਾਜ ਹੁੰਦਾ ਸੀ, ਜਦੋਂ ਜੱਜ ਵੀ ਜਮਾਲਾ ਤੇ ਸਰਾਜ ਹੁੰਦਾ ਸੀ। ਹਾਂ, ਉਦੋਂ ਲੋਕ ਮਾੜੇ ਤਗੜੇ ਦੇ ਖੂਨ ਦਾ ਹਿਸਾਬ ਹੁੰਦਾ ਸੀ। ਹੁਣ ਇੱਥੇ ਤਗੜਾ ਕਿਸੇ ਦੀ ਲੱਤ ਤੋੜੇ ਨਾ ਤੇ ਉਹ ਥਾਣੇ ਚਲੇ ਜੇ, ਤੇ ਮਾੜਾ ਜਨਾਬੀ ਉੱਥੇ ਆਉਂਦਾ, ਮੇਰਾ ਪਰਚਾ ਕਰੋ ਜੀ, ਇਹਨੇ ਪਰਚਾ 'ਚ ਕਰੋ ਜੀ, ਇਹਨੇ ਲੱਤ ਤੋੜੀ। ਉਹ ਆਉਂਦਾ, ਅੱਛਾ ਉਹਨਾਂ ਨੂੰ ਵੀ ਬੁਲਾਓ, ਉਹ ਪਲੇਟ ਮਾਰ ਕੇ ਚਲੇ ਜਾਂਦੇ। ਪੁਲਿਸ ਵਾਲੇ ਆਉਂਦੇ ਨੇ, ਦੋਵਾਂ ਅੰਦਰ ਚੱਲੋ 57 'ਚ, ਨਹੀਂ ਤਾਂ ਸੁਲਾਹ ਕਰ ਲਓ। ਉਹ ਆਉਂਦਾ, ਲੱਤ ਤੋੜਾ ਕੇ ਵੀ ਅੰਦਰ ਜਾਣਾ ਤੇ ਮੈਂ ਸੁਲਾਹ ਕਰ ਹੀ ਲੈਣਾ ਵਾ। ਵੇਖੋ, ਇਹ ਹਾਲਾਤ ਨੇ ਸਾਡੇ ਮੁਲਕ। ਕਹੋ ਜੀ, ਕਾਰੀ ਸਾਹਿਬ ਇੰਝ ਹੀ ਹੈ ਨਾ, ਜਿੰਨੇ ਉਲਮਾਏ ਕਰਾਮ ਬੈਠੇ ਵੇਖ ਲਓ, ਪੁੱਛ ਲਓ ਇਹਨੂੰ। ਹਾਏ ਮੇਰੇ ਬਾਈਓ, ਨਾ ਚੁੰਨੀ ਦੀ ਨਾ ਝੱਗੇ ਦੀ, ਨਾ ਗੋਰੇ ਦੀ ਨਾ ਬੱਗੇ ਦੀ, ਜਿਹਨੂੰ ਅਸਾਂ ਮੁਰਸ਼ਦ ਮੰਨਿਆ ਹੀ ਉਹ ਗੱਲ ਕਰਦਾ ਹੀ ਆਦਮ ਤੋਂ ਵੀ ਅੱਗੇ ਦੀ ਹੈ। ਮੌਲਵੀ ਤੇ ਆਉਂਦੇ ਨੇ 40 ਸਾਲ ਬਾਅਦ ਮੰਨਦੇ, ਤੇ ਅਸੀਂ ਮੌਲਵੀਆਂ ਦੀ ਗਲਤ ਨਹੀਂ ਨਾ ਕਰ ਸਕਦੇ, ਕਿਉਂਕਿ ਦਾਤਰੀ ਨੂੰ ਇੱਕ ਪਾਸੇ ਦਿੰਦੇ, ਦੁਨੀਆਂ ਨੂੰ ਦੋ ਪਾਸੇ ਦਿੰਦੇ, ਸਿਆਸਤਦਾਨਾਂ ਨੂੰ ਤਿੰਨ ਪਾਸੇ ਦਿੰਦੇ, ਮੌਲਵੀਆਂ ਨੂੰ ਚੌਂ ਪਾਸੇ ਦਿੰਦੇ ਨੇ। ਮੌਲਵੀਆਂ ਨੂੰ ਤੇ ਅਸੀਂ ਕਹਿ ਕੁਛ ਨਹੀਂ ਸਕਦੇ, ਉਹ ਬੋਲੋ ਤੇ ਸਹੀ। ਨਾਲੇ ਮੈਂ ਕਹਿਣਾ ਕਿਉਂ, ਮੇਰੇ ਪੇਟੀ ਭਰਾ ਨੇ ਬਰਾਦਰੀ ਕਾਮਾਂ ਚਿੜੀਆਂ ਨੂੰ ਪਿਆਰੀ ਹੁੰਦੀ, ਉਹ ਬੋਲੋ ਤੇ ਸਹੀ। ਮੈਂ ਤਾਂ ਨਹੀਂ ਕਿਸੇ ਨੂੰ ਕਹਿਣਾ, ਮੈਂ ਸੱਚੀ ਗੱਲ ਜ਼ਰੂਰ ਕਰਾਉਣੀ ਹੈ। ਅੱਜ ਹੱਥ ਖੜੇ ਕਰਕੇ ਵਾਅਦਾ ਕਰੋ, ਰਲ ਕੇ ਰਹੋਗੇ ਨਾ ਜਬੋਕੇ 'ਚ ਇਨਸ਼ਾਅੱਲਾ। ਕਰੋ ਕਰੋ ਹੱਥ ਖੜੇ, ਤਾਂ ਚੁੱਕ ਲਾ, ਤੇਰੇ ਕੋਈ ਹੱਥ ਉੱਠਦੇ ਨਹੀਂ ਗਿਆ। ਕਰੋ ਕਰੋ ਹੱਥ ਖੜੇ, ਜ਼ਰਾ ਸਾਰੇ ਹੱਥ ਖੜੇ ਕਰੋ, ਸਾਰੇ ਇੱਕ ਆਪਣੀ ਬੁੜੀ ਵੱਲੋਂ ਵੀ ਕਰੋ, ਘਰ 'ਚ ਵੀ ਰਲ ਕੇ ਰਹਿਣ। ਕਰੋ ਕਰੋ ਕਰੋ, ਜ਼ਰਾ ਮਾਸ਼ਾਅੱਲਾ ਮਾਸ਼ਾਅੱਲਾ, ਗੱਲ ਤਾਂ ਬਣ ਗਈ ਜਲਸੇ ਦੀ।
اللہ